ਗਲਤੀ ਹੋਈ ਮੰਨ ਕੇ ਜੀ, ਤੁਹਾਡੇ ਕੋਲ ਗਲਤੀ ਹੋ ਗਈ ਇਸ ਚੀਜ਼ ਨਾਲ, ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਜੀ। ਹੋਈ ਮੈਂ ਤੁਹਾਡੀ ਸਰ, ਮੈਂ ਡਿਪਰੈਸ਼ਨ ਦੇ ਵਿੱਚ ਆ। ਹਾਂਜੀ, ਡਿਪਰੈਸ਼ਨ ਜਿਸ ਕੇ ਤਾਂ ਕਰਕੇ ਡਿਪਰੈਸ਼ਨ ਦੀ ਮੈਡੀਸਿਨ ਚੱਲਦੀ ਹੈ। ਇਹਨਾਂ ਦਾ ਡਿਪਰੈਸ਼ਨ ਵੀ ਤੁਹਾਨੂੰ ਦਿੱਤੀ ਪੁੱਛਣ ਲਾਇਨ ਬਣ ਕੇ। ਚਲੋ ਹੁਣ ਆਜੋ ਆਜੋ, ਤੁਸੀਂ ਆਪਣਾ ਡੈਂਟੀ ਪ੍ਰੂਫ ਦੇ ਰਹੇ ਹੋ ਬੁੱਕ ਤੇ ਫੋਨ ਵੀ ਕਰ ਰਹੇ ਹੋ। ਸਰ ਮੈਂ ਮੈਂ ਨਹੀਂ ਡੈਂਟੀ ਪ੍ਰੂਫ ਦਿੱਤਾ। ਨਹੀਂ ਤੁਸੀਂ ਉਹਨਾਂ ਨੂੰ ਦੱਸਿਆ ਕਿ ਮੈਂ ਪੁਲਿਸ ਥਾਣੇ ਵਿੱਚ ਦੀ ਇੰਸਪੈਕਟਰ ਆ। ਕਿੱਥੇ ਹੋਇਆ ਜਲਦੀ ਕਰ, ਜਲਦੀ ਜਲਦੀ ਜਾਂ ਸੋਫਾ ਦੇ। ਪੰਜਾਬ ਪੁਲਿਸ ਅਕਸਰ ਆਪਣੇ ਠਾੜ ਬਾੜ ਵਾਪਸ ਦੇ ਕੈਸੀ। ਹਾਂਜੀ ਮੈਡਮ, ਹੈ ਮੈਡਮ, ਨਹੀਂ ਤੁਸੀਂ ਕਿਹਾ ਨਹੀਂ ਗੱਲ, ਦੋ ਨੰਬਰ ਤੇ ਫੋਨ ਕਰਕੇ। ਦੋ ਨੰਬਰ 38 ਜਿਹੜਾ ਹੈ 16-3 ਨੂੰ ਦਰਜ ਕੀਤਾ ਸੀਗਾ, 419-420-6878 ਤੇ ਥਾਣਾ ਸਿਵਲ ਲਾਈਨ ਦਾ ਹੈਗਾ। ਇਹਦੇ ਵਿੱਚ ਗ੍ਰਿਫਤਾਰ ਕੀਤੀ ਹੈ ਲੇਡੀ ਰਣਜੀਤ ਕੌਰ, ਪਤਨੀ ਬਲਕਾਰ ਸਿੰਘ ਵਾਸੀ ਗਲੀ ਨੰਬਰ 6 ਪ੍ਰਤਾਪ ਹੈ। ਇਹ ਹੋਇਆ ਕੀ ਹੈ ਕਿ ਇੰਸੀਡੈਂਟਸ, ਇਹਨਾਂ ਨੇ ਰੇਲਵੇ ਸਟੇਸ਼ਨ ਦੇ ਬਾਹਰ ਦੋ ਗੱਡੀਆਂ ਸੀਗੀਆਂ ਆਪਸ ਦੇ ਟਕਰਾਈ, ਔਰ ਇਹਨਾਂ ਨੇ ਆਪਣੀ ਜਿਹੜੀ ਆਈਡੈਂਟੀ ਹੈਗੀ ਹੈ ਅਤੇ ਇੰਸਪੈਕਟਰ ਜਿਹੜੀ ਹੈਗੀ ਹੈ ਉਹ ਦੱਸੀ, ਔਰ ਕੰਟਰੋਲ ਰੂਮ 'ਤੇ ਵੀ ਫੋਨ ਕੀਤਾ ਕਿ ਮੈਂ ਇੱਦਾਂ ਪੰਜਾਬ ਪੁਲਿਸ ਦੇ ਇੰਸਪੈਕਟਰ ਹੈਗੀ ਹਾਂ ਅਤੇ ਮੇਰੀ ਗੱਡੀ ਵੱਜ ਗਈ, ਇਮੀਡੀਏਟਲੀ ਪੁਲਿਸ ਪਾਰਟੀ ਭੇਜੋ। ਜਿਹਦੇ ਵਿੱਚ ਸਾਡੇ ਉੱਥੇ ਮੌਕੇ 'ਤੇ ਜਿਹੜੇ ਐੱਸ ਆਈ ਦਲਜੀਤ ਸਿੰਘ ਸੀ, ਜਦੋਂ ਪਹੁੰਚੇ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਇਹ ਪੰਜਾਬ ਪੁਲਿਸ ਦੇ ਐਜ ਏ ਇੰਸਪੈਕਟਰ ਜਿਹੜੀ ਹੈਗੀ ਹੈ ਉਹ ਦੱਸੀ, ਔਰ ਇਹ ਵੀ ਦੱਸੀ ਕਿ ਇਹਨਾਂ ਦੀ ਪੋਸਟਿੰਗ ਜਿਹੜੀ ਹੈਗੀ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਹੈਗੀ। ਸੋ ਥੋੜ੍ਹੇ ਇੰਸਪੈਕਟਰ ਸਾਹਿਬ ਨੂੰ ਇਹ ਆਪਣੇ ਜਿਹੜੇ ਸੀਗੇ, ਜਦੋਂ ਇਹਨਾਂ ਦੀ ਗੱਲਬਾਤ ਤੋਂ ਪਤਾ ਲੱਗਾ ਕਿ ਇਹਨਾਂ ਦੇ ਜਿਹੜੀ ਸੀਗੀ ਆ ਵੀ ਇਹ ਉਸ ਲਿਹਾਜ਼ੇ ਦੇ ਨਹੀਂ ਹੈਗੇ, ਪੁਲਿਸ ਅਫਸਰ ਨਹੀਂ ਹੈਗੇ, ਤੇ ਇਸ ਬਾਰੇ ਜੋ ਬਰੀਕੀ ਨਾਲ ਪੜਤਾਲ ਕੀਤੀ ਗਈ ਤੇ ਪਤਾ ਲੱਗਾ ਕਿ ਇਹ ਜਿਹੜੇ ਹੈਗੇ ਆਪਣਿਆਂ ਨੂੰ ਮਿਸਰੀਪ੍ਰਜੈਂਟ ਕਰ ਰਹੇ ਨੇ, ਆਪਣੀ ਜਿਹੜੀ ਆ ਪਰਸੋਨੇਸ਼ਨ ਕਰ ਰਹੇ ਨੇ ਕਿ ਇਹਨਾਂ ਦੀ ਆਈਡੈਂਟੀ ਕਿਸੇ ਹੋਰ ਦੀ ਆਪਣੀ ਆਈਡੈਂਟੀ ਦਿਖਾ ਰਹੇ ਨੇ। ਸੋ ਇਸ ਚੀਜ਼ ਨੂੰ ਜਦੋਂ ਗਹਿਰਾਈ ਨਾਲ ਵੈਰੀਫਾਈ ਕੀਤਾ ਗਿਆ ਓ ਐਸ ਆਈ ਬ੍ਰਾਂਚ ਤੋਂ, ਪਤਾ ਲੱਗਾ ਵੀ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ। ਸੋ ਇਹਨਾਂ ਤੇ ਜਿਹੜਾ ਹੈਗਾ ਇਹ ਮੁਕੱਦਮਾ ਜਿਹੜਾ ਹੈਗਾ ਦਰਜ ਕੀਤਾ ਗਿਆ, ਜਿਹੜਾ ਹੈਗਾ 419-420-6878 ਦਾ, ਔਰ ਇਹਨਾਂ ਦੇ ਨੂੰ ਜਿਹੜਾ ਹੈਗਾ ਇਸ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਕੋਲ ਇੱਕ ਵਿਜ਼ਿਟਿੰਗ ਕਾਰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਆਪਣਾ ਪੰਜਾਬ ਪੁਲਿਸ ਦਾ ਜਿਹੜਾ ਹੈਗਾ ਉਹ ਜਾਲੀ ਆਪਣਾ ਉਹ ਕਲਰ ਬਣਾ ਕੇ ਬਣਾਇਆ ਹੋਇਆ, ਉਹ ਤੁਹਾਨੂੰ ਜਿਹੜਾ ਹੈਗਾ ਪਾਰਟ ਆਫ ਇਨਵੈਸਟੀਗੇਸ਼ਨ ਫਾਈਲ ਦਾ ਹੈਗਾ। ਇਹਨਾਂ ਦੇ ਉੱਤੇ ਪਹਿਲਾਂ ਇੱਕ ਮਾਈਨਿੰਗ ਦਾ ਪਰਚਾ ਦਰਜ ਹੈਗਾ ਜੀ ਥਾਣਾ ਆਪਣੇ ਅਜਨਾਲੇ ਦੇ ਵਿੱਚ, ਉਹਦੇ ਵਿੱਚ ਇਹ ਨੋਮੀਨੇਟਡ ਹੈਗੀ, ਉਸ ਤੋਂ ਬਾਅਦ ਦੋ ਵਾਰੀ ਇਹਨਾਂ ਦੀ ਜਿਹੜੀ ਹੈਗੀ ਆ ਆਪਣੀ ਸਾਤ ਅਖੁੰਜ ਹੈਗੀ। ਨਹੀਂ ਵਰਦੀ ਨਹੀਂ ਮਿਲੀ ਹੈਗੀ, ਨਹੀਂ ਬੱਤੀ ਨਹੀਂ ਲਗਾਈ ਇਹਨਾਂ ਨੇ ਆਪਣੀ ਇੰਟਰੋਡਕਸ਼ਨ। ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਆ ਉਦੋਂ ਇਹਨਾਂ ਨੇ ਆਪਣੀ ਇੰਟਰੋਡਕਸ਼ਨ ਜਿਹੜੀ ਸੀਗੀ ਉਹ ਐਜ਼ ਅ ਪੁਲਿਸ ਆਫਿਸਰ ਕੀਤੀ ਸੀਗੀ। ਜਿਹੜੀ ਗੱਡੀ ਸੀ ਜਿਹੜੀ ਇਹਨਾਂ ਦੀ ਗੱਡੀ ਆਪਣੀ ਹੈ ਜਾਂ ਕਿਸੇ ਦੀ? ਇਹ ਪਾਰਟ ਆਫ ਇਨਵੈਸਟੀਗੇਸ਼ਨ ਉਹ ਕਿ ਇਹਦੇ ਰਿਸ਼ਤੇਦਾਰ ਦੀ ਹੈ ਇਹਨਾਂ ਦੀ, ਪ੍ਰਤਾਪ ਹੈ ਵੀ ਜਿੰਦਾ ਐਡਰੈਸ ਜਿਹੜਾ ਸਾਡੇ ਕੋਲ, ਇਹ ਆਪਣੇ ਦੇ ਕਹਿੰਦੇ ਕਿ ਦੋਸਤ ਦੂਸਰਾ ਵਿਆਹ ਕੀਤਾ ਆ ਪਹਿਲੇ ਤੇ ਉਹ ਉਹਨਾਂ ਦੇ ਪਰਸਨਲ ਲੈ ਪਰਸਨਲ ਗੱਲਾਂ ਹੈਗੀਆਂ ਨੇ, ਪਰਸਨਲ ਉਹਨਾਂ ਦੀ ਲਾਈਫ ਹੈਗੀ ਉਸ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ, ਅਸੀਂ ਤਾਂ ਜੋ ਐਸ ਪਰ ਇਨਵੈਸਟੀਗੇਸ਼ਨ ਹੈਗੀ ਆ ਉਹਦੇ ਬਾਰੇ ਦੱਸ। ਦੇਖੋ ਇਹਨਾਂ ਦੀ ਅਸੀਂ ਕਾਫੀ ਜਿਹੜੀ ਚੀਜ਼ ਹੈ ਰਿਮਾਂਡ ਲੈ ਕੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਏਗੀ। ਅਸੀਂ ਵੀ ਤੁਹਾਡੇ ਮੀਡੀਆ ਰਾਹੀਂ ਇਹ ਅਪੀਲ ਕਰਦੇ ਹਾਂ ਜੇ ਇਹਨਾਂ ਨੇ ਕੋਈ ਫਰੋਡ ਕੀਤਾ ਜਾਂ ਕੁਛ ਵੀ ਕੀਤਾ ਤਾਂ ਸਾਡੇ ਐਸ ਐਚ ਓ ਸਿਵਲ ਲਾਈਨ ਦੇ ਨਾਲ ਸੰਪਰਕ ਕਰੋ, ਔਰ ਇਹਨਾਂ ਬਾਰੇ ਜੇ ਕੋਈ ਹੋਰ ਐਵੀਡੈਂਸ ਦਿੱਤਾ ਜਾ ਸਕਦਾ ਜਿੱਥੇ ਇਹਨਾਂ ਨੇ ਆਪਣੇ ਆਪ ਨੂੰ ਮਿਸਲੀ ਪ੍ਰਜੈਂਟ ਕੀਤਾ ਜਾਂ ਪਰਸੋਨੇਸ਼ਨ ਕੀਤੀ ਹੈ ਤਾਂ ਉਹ ਸਾਡੇ ਨੂੰ ਆ ਕੇ ਕੋਂਟੈਕਟ ਕਰ। ਦੇਖੋ ਇਹ ਤਾਂ ਹੁਣ ਉਹੀ ਜਾਣਦੇ ਹੈਗੇ ਨੇ ਕਿ ਉਹਨਾਂ ਨੇ ਇਹ ਕੀਤਾ ਕਿ ਨਹੀਂ, ਕੰਫੀਡੈਂਸ ਨਾਲ ਕਰ ਰਹੇ ਨੇ ਕੋਈ ਨਾ, ਕਿਉਂ ਕੀਤਾ ਉਹਨਾਂ ਨੇ ਕੰਟਰੋਲ ਰੂਮ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਫੋਨ ਨਹੀਂ ਕੀਤਾ ਉਹਨਾਂ ਨੇ ਜੀ, ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈਗਾ ਪੁਲਿਸ ਆਫਿਸਰ।
ਉਹੀ ਗੱਲ ਕਹਿ ਰਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਕਹਿ ਰਿਹਾ ਜੋ ਸਾਡੇ ਕੋਲ ਤਾਂ ਹਜੇ ਚੱਲ ਰਹੀ ਹੈ ਤਫਤੀਸ਼, ਜੇ ਕਿਸੇ ਨੂੰ ਪਤਾ ਲੱਗੇ, ਜੇ ਕਿਸੇ ਨੂੰ ਪਤਾ ਲੱਗੇ ਵੀ ਸਾਡੇ ਨਾਲ ਉਹ ਵੀ ਕੀਤੀ ਹੈ, ਕਈ ਵਾਰੀ ਕਿਸੇ ਨੂੰ ਪਤਾ ਹੁੰਦੀ ਹੈ, ਅਨਨੋਟਿਸ ਹੁੰਦੀ ਹੈ, ਆਂਢ ਗੁਆਂਢ ਲੋਕਾਂ ਨੂੰ ਪਤਾ ਹੁੰਦਾ ਤਾਂ ਉਹ ਜ਼ਰੂਰ ਐਸ ਐਚ ਓ ਸਿਵਲ ਲਾਈਨ ਨੂੰ ਜਿਹੜਾ ਇਸ ਸੰਬੰਧੀ ਜਿਹੜਾ ਕੰਟੈਕਟ ਕਰਦਾ। ਦੇਖੋ ਹਰ ਬੰਦੇ ਨੂੰ ਆਪਣੀ ਇੱਕ ਜਗ੍ਹਾ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਪ੍ਰਭਾਵ ਹੁੰਦਾ ਕਿ ਮੈਂ ਜੀ ਆਪਣਾ ਪ੍ਰਭਾਵ ਪਾ ਕੇ ਕੰਮ ਕਰਵਾ ਲੂੰਗਾ, ਤੋ ਕਿਤੇ ਨਾ ਕਿਤੇ ਹਰ ਬੰਦਾ ਆਪਣੇ ਆਪ ਨੂੰ ਮਿਸਰੀਪ੍ਰੈਜੈਂਟੇਸ਼ਨ ਕਰਦਾ, ਤਾਂ ਉਹਦੇ ਜਿਹੜੇ ਹੈ ਫਿਰ ਕਈ ਵਾਰੀ ਜਦੋਂ ਬਰੀਕੀ ਨਾਲ ਹੁੰਦੇ ਤਾਂ ਕਿਵੇਂ ਆ ਜਾਂਦੇ।